ਕੱਲ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਆੜਤੀਆਂ ਦੇ ਘਰ ਇਨਕਮ ਟੈਕਸ ਦੀ ਰੇਡ ਤੋਂ ਬਾਅਦ ਆੜਤੀਆਂ ਨੇ ਵੱਡਾ ਐਲਾਨ ਕੀਤਾ। ਇਸ ਸੰਬੰਧੀ ਆੜਤੀ ਐਸੋਸੀਏਸ਼ਨ ਵੱਲੋਂ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਿਕ ਆੜਤੀਆਂ ਵੱਲੋਂ 5 ਮੈਂਬਰੀ ਕਮੇਟੀ 32 ਕਿਸਾਨ ਜਥੇਬੰਦੀਆਂ ਤੋਂ ਕੱਲ੍ਹ ਦਿੱਲੀ 'ਚ ਮੀਟਿੰਗ ਕਰੇਗੀ। ਜਦੋਂ ਵੀ ਇਨਕਮ ਟੈਕਸ ਦੀ ਰੇਡ ਹੋਵੇਗੀ ਤਾਂ ਮੌਕੇ 'ਤੇ ਹੀ ਇਨਕਮ ਟੈਕਸ ਟੀਮ ਦਾ ਘੇਰਾਵ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਵਾਲੇ ਪੰਜਾਬ ਦੇ ਆੜਤੀ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ 'ਤੇ ਆ ਗਏ ਨੇ। ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਆੜਤੀਆਂ ਦੇ ਘਰਾਂ ਅਤੇ ਕਾਰੋਬਾਰੀ ਸਥਾਨਾਂ 'ਤੇ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰ ਕੇ ਕੁਝ ਦਸਤਾਵੇਜ਼ ਕਬਜ਼ੇ 'ਚ ਲਏ ਨੇ। ਇਹਨਾਂ ਛਾਪਿਆਂ ਸੰਬੰਧੀ ਲੋਕਾਂ 'ਚ ਚਰਚਾ ਹੈ ਕਿ ਇਹ ਕਾਰਵਾਈ ਮੋਦੀ ਸਰਕਾਰ ਵੱਲੋਂ ਆੜਤੀ ਵਰਗ ਨੂੰ ਖੇਤੀ ਕਰਨ ਦੇ ਵਿਰੋਧ 'ਚ ਬੋਲਣ 'ਤੇ ਰੋਕਣ ਲਈ ਹੋ ਸਕਦੀ ਹੈ। ਦੇਖੋ, ਜਿਹੜੇ ਰੇਡ ਹੋਏ ਆ, ਇਹ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ, ਉਹ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਕਿਸਾਨ ਵੀਰ ਪਿਛਲੇ 25 ਦਿਨ ਤੋਂ 2-2.5 ਮਹੀਨੇ ਉਹਨਾਂ ਨੇ ਇੱਥੇ ਐਜੀਟੇਸ਼ਨ ਕੀਤੀ ਹੈ। ਮਜਬੂਰ ਹੋ ਕੇ ਉਹਨਾਂ ਦਿੱਲੀ ਕੂਚ ਕੀਤਾ। ਉਹਦੇ 'ਚ ਸਾਡੀਆਂ ਮਾਤਾਵਾਂ, ਭੈਣਾਂ, ਬਜ਼ੁਰਗ, ਜਿਹੜੇ ਕਿ ਸਾਡੇ ਸਮਝ ਲਓ ਕਿ 9 ਮਾਸ ਦਾ ਰਿਸ਼ਤਾ ਜਿਹਨਾਂ ਨਾਲ ਸਾਡਾ ਕਿਸਾਨ ਜਥੇਬੰਦੀਆਂ ਨਾਲ, ਉਹ ਕਿਸਾਨ ਅੱਜ ਇੰਨੀ ਕੜਕਦੀ ਠੰਡ ਦੇ ਵਿੱਚ ਜਾ ਕੇ ਬੈਠੇ ਆ। ਉਹਨਾਂ ਦੀ ਸਪੋਰਟ ਦੇ ਕਰਕੇ ਸਰਕਾਰ ਨੇ ਇਹ ਉਹਨਾਂ ਦਾ ਰਿਸ਼ਤਾ ਸਾਡਾ ਤੋੜਨ ਵਾਸਤੇ ਇਹ ਜਿਹੜੇ ਰੇਡ ਕੀਤੇ ਆ, ਇਹ ਸਿਆਸਤ ਤੋਂ ਪ੍ਰਭਾਵਿਤ ਹੈ। ਮੈਂ ਸਮਝਦਾ ਕਿ ਇਹ ਨਿੰਦਣਯੋਗ ਹੈ, ਇਹ ਕਾਰਵਾਈ ਜਿਹੜੀ ਲੋਕਤੰਤਰ ਦੇ ਵਿੱਚ ਸ਼ੋਭਾ ਨਹੀਂ ਦਿੰਦੀ। ਸਰ, ਕੀ ਕੀ ਫੈਸਲੇ ਲੈ ਗਏ ਇਸ ਮੀਟਿੰਗ ਵਿੱਚ? ਇਸ ਤਰ੍ਹਾਂ ਕਿ ਜਿਹੜੇ ਅਜੇ ਤੱਕ ਰੇਡ ਹੋਏ ਆ, 6 ਆੜਤੀਆਂ ਦੇ ਹੋਏ ਆ, ਸਾਰੇ ਰੇਡ ਸੋਚ ਸਮਝ ਕੇ ਚੁਣ ਚੁਣ ਕੇ ਸਿਰਫ ਤੇ ਸਿਰਫ ਆੜਤੀਆਂ ਦੀ ਜਿਹੜੀ ਅਗਵਾਈ ਕਰਦੇ ਆ ਮੰਡੀਆਂ ਦੇ ਵਿੱਚ, ਪ੍ਰਧਾਨ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਘਰਾਂ ਤੇ ਉਹਨਾਂ ਦੇ ਕੰਪਲੈਕਸਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦਾ ਬਿਜ਼ਨਸ ਸੀ, ਪੂਰੀ ਮਤਲਬ ਪਲੈਨਿੰਗ ਦੇ ਨਾਲ ਕੀਤੇ ਗਏ ਆ। ਇਹ ਮੋਦੀ ਸਰਕਾਰ ਦੇ, ਮੈਂ ਸਮਝਦਾ ਕਿ ਜਾਂ ਬੀਜੇਪੀ ਲੀਡਰਾਂ ਦੇ, ਜਿਹੜੇ ਸਾਡੇ ਪੰਜਾਬ ਦੇ ਬੀਜੇਪੀ ਦੇ ਲੀਡਰ ਨੇ, ਸ਼ਾਇਦ ਉਹਨਾਂ ਦੀ ਇਹ ਸੋਚ ਦੇ ਨਾਲ ਮੈਂ ਸਹਿਮਤ ਨਹੀਂ ਕਿ ਚੁਣ ਚੁਣ ਕੇ ਇਹਨਾਂ ਨੇ ਆੜਤੀਆਂ ਵਰਗ ਦੇ ਇਸ ਕਰਕੇ ਕੀਤਾ ਸਾਰਾ ਕੁਛ ਕਿ ਕਿਸਾਨ ਅੰਦੋਲਨ ਦੀ ਮਦਦ ਕਰਦੇ ਆ, ਉਹਦੇ ਕਰਕੇ ਇਹ ਸਾਰੇ ਰੇਡ ਹੋਏ ਹੋਏ ਆ। ਕੀ ਕਹੋਗੇ, ਮਤਲਬ ਕਿ ਕੀ ਕਿਹਾ ਉਹਨਾਂ ਨੇ ਆ ਕੇ ਤੁਹਾਨੂੰ ਕੋਈ? ਦੇਖੋ, ਮੈਨੂੰ ਰੇਡ ਦਾ ਕੋਈ ਚਿੰਤਾ ਨਹੀਂ, ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਪੂਰਾ ਇਨਕਮ ਟੈਕਸ ਦਿੰਦਾ। ਮੇਰੇ ਘਰੇ ਰਾਤ ਨੂੰ ਪਰੇਸ਼ਾਨੀ ਜ਼ਰੂਰ ਕੀਤੀ ਗਈ, ਮੈਨੂੰ ਹਰਾਸਮੈਂਟ ਇੰਨਾ ਕੀਤਾ ਗਿਆ। ਪਹਿਲਾਂ ਮੈਨੂੰ 14 ਤਰੀਕ ਨੂੰ ਨੋਟਿਸ ਆਇਆ ਕਿ 16 ਨੂੰ ਪੇਸ਼ ਹੋ, 10:15 ਦਾ ਟਾਈਮ ਸੀ, ਮੈਂ 10:15 ਵਜੇ ਬਠਿੰਡੇ ਜਾ ਕੇ ਪੇਸ਼ ਹੋ ਗਿਆ। ਮੈਂ 67 ਸਾਲ ਦੀ ਉਮਰ ਹੈ, ਸ਼ੂਗਰ ਦਾ 37 ਸਾਲ ਤੋਂ ਮਰੀਜ਼ ਹਾਂ, ਬਾਈਪਾਸ ਸਰਜਰੀ ਮੇਰੀ ਹੋਈ ਆ। 6 ਘੰਟੇ ਮੈਨੂੰ ਉੱਥੇ ਇਨਵੈਸਟੀਗੇਟ ਕੀਤਾ ਗਿਆ ਬਠਿੰਡੇ ਦੇ ਵਿੱਚ। ਫਿਰ ਮੈਨੂੰ 21 ਤਰੀਕ ਨੂੰ ਰਿਕਾਰਡ ਲਿਆਉਣ ਵਾਸਤੇ ਕਿਹਾ ਗਿਆ। 18 ਤਰੀਕ ਨੂੰ ਅਚਾਨਕ, ਜਦਕਿ ਅਸੀਂ ਸੌਣ ਦੀ ਤਿਆਰੀ ਕਰ ਰਹੇ ਸੀ, ਅਤੇ 9 ਵਜੇ ਰਾਤ ਨੂੰ ਮੇਰੇ ਘਰ ਆਏ ਆ। 9 ਵਜੇ ਫਿਰੋਜ਼ਪੁਰ ਅਤੇ ਬਠਿੰਡਾ ਦੇ ਅਫਸਰ ਸਾਹਿਬ ਆਉਣਾ ਨੇ ਇਨਕਮ ਟੈਕਸ ਦਾ ਰਿਟਰਨ, ਉਸ ਤੋਂ ਬਾਅਦ ਫਿਰ ਹੋਰ ਅਫਸਰ ਵੀ ਬਠਿੰਡੇ ਦੇ, ਜਲੰਧਰ ਦੇ, ਪਟਿਆਲੇ ਦੇ, ਮਤਲਬ ਬਾਰ ਬਾਰ ਗੱਡੀਆਂ ਆਈ ਗਈਆਂ, ਜਿਵੇਂ ਕਿ ਮੈਂ ਬਹੁਤ ਵੱਡਾ ਕੋਈ ਕ੍ਰਿਮੀਨਲ, ਜਿਵੇਂ ਕੋਈ ਅੱਤਵਾਦੀ ਦੇ ਘਰੇ ਰੇਡ ਹੁੰਦਾ ਨਾ, ਇਸ ਤਰ੍ਹਾਂ ਕੀਤਾ ਗਿਆ। ਜਿਹਦੇ ਨਾਲ 50 ਤੋਂ ਵੱਧ, ਇੱਕ ਪੂਰੀ ਬੱਸ ਭਰ ਕੇ ਵੱਡੀ, ਮੈਂ ਗਿਣਤੀ ਨਹੀਂ ਕੀਤੀ, CRPF ਦੇ ਫੋਰਸ ਲਿਆ ਕੇ ਮੇਰੇ ਘਰ ਦੇ ਸਾਹਮਣੇ, ਸਿਰਫ ਮੈਨੂੰ ਜਿਸ ਤਰ੍ਹਾਂ ਜਲੀਲ ਕਰਨ ਵਾਲੀ ਗੱਲ ਕੀਤੀ। ਨਹੀਂ, ਧਮਕੀਆਂ ਦੇ, ਕਹਿੰਦੇ ਸੀਗੇ ਵੀ ਰਿਕਾਰਡ ਦਿਓ, ਫਲਾਣਾ ਦਿਓ ਰਿਕਾਰਡ, ਜਦ ਕੇ ਅਸੀਂ ਇਨਕਮ ਟੈਕਸ ਦੀ ਰਿਟਰਨ ਸਬਮਿਟ ਕਰਦੇ ਹਾਂ, ਸਾਲ ਬਾਅਦ ਅਸੀਂ ਸਾਰੀ ਇਨਕਮ ਟੈਕਸ ਵੀ ਦਿੰਦੇ, ਜਮ੍ਹਾਂ ਕਰਾਉਂਦੇ ਹਾਂ, ਤੇ ਉਹਦੀ ਰਿਪੋਰਟ ਵੀ ਦਿੰਦੇ ਹਾਂ। ਸਾਰੀਆਂ ਰਿਪੋਰਟਾਂ ਸਾਡੀਆਂ ਸਰਕਾਰ ਦੇ ਕੋਲੇ ਆਲਰੇਡੀ ਪਹੁੰਚੀਆਂ ਵੀ ਆ। ਕੋਈ ਐਜੀਟੇਸ਼ਨ ਬਾਰੇ ਵੀ ਗੱਲ ਕੀਤੀ? ਕਿੱਥੇ ਜੀ? ਜਦੋਂ ਰੇਡ ਹੋਈ ਆ, ਕੋਈ ਕਹਿ ਰਹੇ ਆ? ਦੇਖੋ, ਮੇਰੇ ਨਾਲ ਨਹੀਂ ਹੋਈ, ਜਿੱਥੇ ਹੋਰ ਰੇਡ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੈਨੂੰ ਆੜਤੀ ਵੀਰਾਂ ਨੇ ਦੱਸਿਆ, ਅੰਦਰ ਗੁਪਤ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਇਹ ਕਹਿੰਦੇ ਵੀ ਤੁਸੀਂ ਕੀ ਲੈਣਾ ਇਸ ਅੰਦੋਲਨ ਤੋਂ, ਇਹ ਕਿਸਾਨਾਂ ਦੀ ਲੜਾਈ 'ਚ ਤੁਸੀਂ ਕੀ ਲੈਣਾ।
ਕੁਛ ਅਫਸਰਾਂ ਨੇ ਦੱਬੀ ਜ਼ਬਾਨ ਦੇ ਵਿੱਚ, ਕਿਉਂਕਿ ਉਹ ਵੀ ਸਰਕਾਰ ਦੇ ਮੁਲਾਜ਼ਮ ਨੇ, ਉਹਨਾਂ ਦੇ ਵੀ ਮੂੰਹ ਬੱਧੇ ਹੋਏ ਆ। ਪਰ ਕੁਛ ਮੰਡੀਆਂ ਦੇ ਆੜ੍ਹਤੀਆਂ ਦੇ ਜਿਨ੍ਹਾਂ ਦੇ ਰੇਟ ਹੋਇਆ, ਉਹਨਾਂ ਨੇ ਮੈਨੂੰ ਅੰਦਰੂਨੀ ਤੌਰ 'ਤੇ ਦੱਸਿਆ ਕਿ ਸਾਨੂੰ ਅਫਸਰ ਕਹਿੰਦੇ ਵੀ ਤੁਸੀਂ ਇਹਨਾਂ ਕੰਮਾਂ 'ਚੋਂ ਕੀ ਲੈਣਾ ਸਰ, ਕਿਸਾਨ ਅੰਦੋਲਨ ਦੇ ਵਿੱਚੋਂ। ਸਰ ਅੱਜ ਜਿਹੜੀ ਮੀਟਿੰਗ ਹੋਈ ਆ ਆੜ੍ਹਤੀ ਐਸੋਸੀਏਸ਼ਨ ਦੀ, ਕੀ ਫੈਸਲੇ ਲੈ ਗਏ ਇਸ ਵਿੱਚ, ਕੀ ਅਗਲੀ ਰਣਨੀਤੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੇ ਪੰਜਾਬ ਦੀ 31 ਮੈਂਬਰੀ ਹਾਈ ਪਾਵਰ ਕਮੇਟੀ ਹੈ, ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਇਹ ਜਿਹੜੇ ਰੇਟ ਹੈ ਇਹ 6 ਬੰਦਿਆਂ 'ਤੇ ਨਹੀਂ ਹੋਏ, ਪੂਰੇ ਪੰਜਾਬ ਦੇ 40,000 ਆੜ੍ਹਤੀਆਂ 'ਤੇ ਹੋਏ ਆ, ਇਹ ਪੂਰੇ ਪੰਜਾਬ ਦੇ 1,00,000 ਦੇ ਕਰੀਬ ਅਕਾਊਂਟੈਂਟ ਸਾਹਿਬਾਨ 'ਤੇ ਹੋਏ ਆ, ਇਹ ਸਾਰੇ 8,00,000 ਜਿਹੜੇ ਮਜ਼ਦੂਰ ਆ ਮੰਡੀਆਂ 'ਚ ਕੰਮ ਕਰਦੇ ਉਹਨਾਂ 'ਤੇ ਹੋਏ ਆ, ਜਿਹੜੇ ਸਾਡਾ ਰਿਲੇਟਡ 18,00,000 ਦੇ ਕਰੀਬ ਕਿਸਾਨ ਇਹ ਉਹਨਾਂ 'ਤੇ ਰੇਟ ਹੋਏ ਆ, ਕਿਉਂਕਿ ਉਹਦੀ ਜਿਹੜੀ ਵਜ੍ਹਾ ਉਹਦਾ ਕਾਰਨ ਹੈ ਉਹ ਸਿਰਫ ਅਤੇ ਸਿਰਫ ਕਿਸਾਨ ਅੰਦੋਲਨ ਹੈ, ਜਿਹੜੇ ਕਿ ਬਿੱਲ ਪਾਸ ਕੀਤੇ ਗਏ ਆ ਕਿਸਾਨਾਂ ਦੇ ਸੰਬੰਧ 'ਚ, ਉਹਦੀ ਮੰਗ ਕਰ ਰਹੇ ਨੇ ਕਿਸਾਨ ਜਥੇਬੰਦੀਆਂ। ਆੜ੍ਹਤੀਆ ਵਰਗ ਸਾਡੀ ਸਪੋਰਟ ਇਸ ਕਰਕੇ ਉਹਨਾਂ ਦੀ ਕਰ ਰਿਹਾ ਕਿਉਂਕਿ ਸਾਡਾ 9 ਮਾਸ ਦਾ ਰਿਸ਼ਤਾ, ਜਿੱਥੇ ਕਿਸਾਨ ਨੂੰ ਇਹ ਲੱਗਦਾ ਕਿ ਮੇਰੀ ਜ਼ਮੀਨ ਖੋਈ ਜਾਣੀ ਮੇਰੇ ਤੋਂ, ਉੱਥੇ ਸਾਨੂੰ ਐਂ ਲੱਗਦਾ ਕਿ ਮੰਡੀਆਂ ਬੰਦ ਕਰਕੇ ਸਾਡਾ ਆੜ੍ਹਤੀਆ ਬੇਰੁਜ਼ਗਾਰ ਹੋ ਜਾਣਗੇ। ਸਰਕਾਰਾਂ ਦਾ ਕੰਮ ਰੁਜ਼ਗਾਰ ਦੇਣਾ, ਨਾ ਕਿ ਸਰਕਾਰ ਦਾ ਕੰਮ ਹੈ ਰੁਜ਼ਗਾਰ ਖੋਣਾ। ਇਸ ਕਰਕੇ ਅਸੀਂ ਆਪਣੀ ਲੋੜ ਵਾਸਤੇ, ਆਪਣੇ ਸਵਾਰਥ ਵਾਸਤੇ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਹਨਾਂ ਦਾ ਸਾਥ ਦੇ ਰਹੇ ਹਾਂ। ਪਰ ਸਰਕਾਰ ਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਕਿ ਇਹ ਅੰਦੋਲਨ ਦੇ ਵਿੱਚ ਫੰਡਿੰਗ ਆੜ੍ਹਤੀਆ ਕਰ ਰਹੇ ਹਾਂ। ਸਾਡੇ ਤੋਂ ਨਾ ਕਿਸਾਨ ਜਥੇਬੰਦੀ ਨੇ ਅੱਜ ਤੱਕ ਕੋਈ ਪੈਸਾ ਮੰਗਿਆ, ਨਾ ਸਾਡੇ ਜਥੇਬੰਦੀਆਂ ਨੇ ਅੱਜ ਤੱਕ ਪੰਜਾਬ ਦੀਆਂ ਮੰਡੀਆਂ 'ਚੋਂ ਕੋਈ ਕਲੈਕਸ਼ਨ ਕੀਤੀ ਆ, ਨਾ ਉੱਥੇ ਕੋਈ ਸਮਾਨ ਪਜਾਇਆ, ਨਾ ਫੰਡ ਪਜਾਇਆ। ਅਸੀਂ ਆਪਣਾ ਰਾਸ਼ਨ ਘਰੋਂ ਲੈ ਕੇ ਜਾਂਦੇ ਹਾਂ, ਰਸਤੇ ਖਾ ਲੈਂਦੇ, ਉੱਥੇ ਜਾ ਕੇ ਖਾ ਲੈਂਦੇ ਹਾਂ ਅਤੇ ਲੰਗਰ ਛੱਕ ਕੇ ਆ ਜਾਂਦੇ ਹਾਂ। ਇਹ ਮਤਲਬ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਮਿਲੀ ਹੋਈ ਹੈ, ਜਿਹਦੇ ਕਰਕੇ ਸਾਨੂੰ ਟਾਰਗੇਟ ਮੰਡੀਆਂ ਬੰਦ ਕੀਤਾ ਗਿਆ। ਪਰ ਫੈਸਲਾ ਸਾਡੇ ਪੰਜਾਬ ਦਾ ਕਿਸਾਨ, ਚਾਹੇ ਸਾਡੇ ਸਾਰੇ ਜੀਆਂ ਨੂੰ ਇਹ ਗੋਲੀ ਮਾਰ ਦੇਣ, ਅਸੀਂ ਇਹ ਕਿਸਾਨ ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ ਜਦ ਤੱਕ ਕਿਸਾਨ ਜਥੇਬੰਦੀਆਂ ਇਹ ਜਿੱਤ ਜਿੱਤ ਕੇ ਮੰਡੀਆਂ ਬੰਦ ਵੀ ਕਰ ਰਹੇ ਹਾਂ। ਮੰਡੀਆਂ ਅਸੀਂ ਵੇਖੋ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 4 ਦਿਨ ਵਾਸਤੇ ਅਸੀਂ ਮੰਡੀਆਂ ਬੰਦ ਕਰਾਂਗੇ, ਜਿਹਦੇ 'ਚ ਅਸੀਂ ਕੋਈ ਫਸਲ ਦਾ ਲੈਣ ਦੇਣ ਵੇਚਾਂਗੇ ਨਹੀਂ, ਨਾ ਅਸੀਂ ਕਿਸੇ ਜ਼ਿਮੀਂਦਾਰ ਦਾ ਕੋਈ ਐਡਵਾਂਸ ਜਾਂ ਕੋਈ ਲੈਣ ਦੇਣ ਕਰਾਂਗੇ। ਸੰਪੂਰਨ ਤੌਰ 'ਤੇ ਜਿੰਦਰੇ ਮਾਰ ਕੇ ਅਸੀਂ ਦੁਕਾਨਾਂ ਬੰਦ ਕਰਕੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਜਿਹੜੇ ਇਹ ਰੇਡ ਕੀਤੇ ਗਏ ਆ ਉਹਦੇ ਖਿਲਾਫ਼ ਇਹ 4 ਦਿਨ ਵਾਸਤੇ ਅਸੀਂ ਬੰਦ ਕੀਤਾ। ਇਹਦੇ ਨਾਲ ਹੀ ਅਸੀਂ ਕਿਸਾਨ ਜਥੇਬੰਦੀਆਂ ਦੇ, ਸਾਨੂੰ ਕੱਲ੍ਹ ਦੇ ਮੈਨੂੰ ਟੈਲੀਫੋਨ ਆਏ ਆ ਮੇਰੇ ਸਾਰੇ ਪੰਜਾਬ ਦੇ ਜਿਹੜੇ ਮੇਰੇ ਆੜ੍ਹਤੀ ਐਸੋਸੀਏਸ਼ਨ ਦੇ ਲੀਡਰ ਸਾਹਿਬਾਨ ਨੇ, ਰੋਸ਼ਾ ਜੀ ਬੈਠੇ ਨੇ, ਹੁਣੇ ਆ ਭਾਰਦਵਾਜ ਜੀ ਨੇ ਮੇਰੀ ਗੱਲ ਕਰਾਈ ਹੈ ਸਟੇਟ ਲੈਵਲ ਦੇ 2-3 ਲੀਡਰਾਂ ਨਾਲ, ਜਿਹੜੀ 32 ਜਥੇਬੰਦੀਆਂ ਦੇ ਆਗੂ ਨੇ, ਆ ਸੁਖਵਿੰਦਰ ਸੁੱਖੀ ਜੀ ਚੀਮਾ 'ਚ ਬੈਠੇ, ਹਰਪਾਲ ਜੀ ਬੈਠੇ ਆ, ਬਰਾੜ ਸਾਹਿਬ ਬੈਠੇ ਆ, ਅਮਰਜੀਤ ਸਿੰਘ ਬਰਾੜ ਰਾਜਿਆਂ ਜਿਹਨਾਂ ਦੀ ਮੀਟਿੰਗ ਅਸੀਂ ਸ਼ਹਿਰ 'ਚ ਕਰ ਰਹੇ ਹਾਂ। ਇਹਨਾਂ ਦੇ ਨਾਲ ਵੀ ਲੀਡਰਾਂ ਦੀ ਗੱਲ ਹੋਈ, ਉਹਨਾਂ ਕਿਹਾ ਅਸੀਂ ਤੁਹਾਡੇ ਨਾਲ ਚਟਾਨਾਂ ਨੂੰ ਖੜ੍ਹੇ ਹਾਂ। ਉਹਨਾਂ ਲੀਡਰਾਂ ਦਾ ਸੁਝਾਅ ਆਇਆ ਸੀ ਕਿ ਜਿੱਥੇ ਜਿਹੜੇ ITO ਜਾਂ ਜਿਹੜੇ ਡਿਪਟੀ ਡਾਇਰੈਕਟਰ ਜੁਆਇੰਟ ਡਾਇਰੈਕਟਰਾਂ ਨੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਰੇਡ ਕੀਤੇ ਆ, ਅਸੀਂ ਉਹਨਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਾਂਗੇ, ਅਸੀਂ ਤੁਹਾਨੂੰ ਨਾਲ ਲੈ ਕੇ ਘਿਰਾਓ ਕਰਾਂਗੇ। ਉਹਦੇ ਵਾਸਤੇ ਅਸੀਂ ਅੱਜ ਸੋਚਿਆ ਕਿ ਜਿਹੜੀ 32 ਜਥੇਬੰਦੀਆਂ ਦੀ ਰੋਜ਼ ਮੀਟਿੰਗ ਹੁੰਦੀ ਹੈ ਸਿੱਘੂ ਬਾਰਡਰ 'ਤੇ ਜਾਂ ਟਿੱਕਰੀ ਬਾਰਡਰ 'ਤੇ, ਇਸ ਐਜ ਦੇ ਸੰਬੰਧ 'ਚ ਸਾਨੂੰ ਉਹਨਾਂ ਨੇ ਬੁਲਾਇਆ। ਜਦੋਂ ਸਾਨੂੰ ਉਹ ਟਾਈਮ ਦਿੰਦੇ ਆ 1-2 ਦਿਨ 'ਚ, ਅਸੀਂ 5 ਮੈਂਬਰ ਵਾਲੀ ਕਮੇਟੀ ਬਣਾਉਣ ਲੱਗੇ ਹਾਂ। ਉਹ 5 ਮੈਂਬਰ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਗੇ, ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਗਲੀ ਜਿਹੜੀ ਰੂਪ ਰੇਖਾ ਤਿਆਰ ਕੀਤੀ ਜਾਊਗੀ ਦਫ਼ਤਰਾਂ ਦੇ ਘਿਰਾਓ ਬਾਰੇ, ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਇਹ ਸੁਝਾਅ ਆਇਆ। ਪਰ ਉਹਨਾਂ ਨਾਲ ਬਹਿ ਕੇ ਟੈਲੀਫੋਨ 'ਤੇ ਗੱਲਾਂ ਨਹੀਂ ਹੋ ਸਕਦੀਆਂ, ਉਹਨਾਂ ਦੇ ਨਾਲ ਸੁਝਾਅ ਜਿਹੜੇ ਆ ਸਾਰੇ ਸਾਂਝੇ ਕਰਕੇ ਵੀ ਕੀ ਕਰਨਾ ਚਾਹੀਦਾ। ਬੰਦ ਦੀ ਕਾਲ ਜਿਹੜੀ ਹੈ ਤੁਹਾਡੀ ਹੈ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਕਿਸ ਹੋਰ ਯੂਨੀਅਨ ਹੈ ਉਹ ਵੀ ਨਾਲ? ਦੇਖੋ, ਸਾਡੀਆਂ ਜਥੇਬੰਦੀਆਂ ਪੰਜਾਬ ਦੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ 32 ਨੇ, ਇਸੇ ਤਰ੍ਹਾਂ ਆੜ੍ਹਤੀ ਐਸੋਸੀਏਸ਼ਨ 2 ਨੇ ਕਾਫੀ ਸਮੇਂ ਤੋਂ, ਦੂਸਰੀ ਜਥੇਬੰਦੀ ਨੇ ਕੱਲ੍ਹ ਸੋਮਵਾਰ ਤੋਂ ਬੰਦ ਦਾ ਸੱਦਾ ਦਿੱਤਾ ਸੀ। ਪਰ ਸਾਡੇ ਕੋਟਨ ਬੈਲਟ ਦੇ ਇਲਾਕੇ ਵਾਲੇ ਨੇ ਗੱਲ ਕੀ ਵੀ ਸਾਡੇ ਐਤਵਾਰ ਅੱਜ ਹੈਗਾ, ਕੋਟਨ ਜਿਹੜੀ ITO ਹੈ ਅਸੀਂ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਕੱਲ੍ਹ ਨੂੰ ਸੋਮਵਾਰ ਉਹ ਸਾਰੀਆਂ ਮੰਡੀਆਂ 'ਚੋਂ ਮਾਲ ਕਿਸਾਨਾਂ ਦਾ ਵੇਚ ਕੇ ਜਿੰਨਾ ਵਿਕ ਸਕਦਾ ਵੇਚ ਕੇ ਮੰਗਲਵਾਰ ਤੋਂ ਮੰਡੀਆਂ ਬੰਦ ਕਰਾਂਗੇ। ਅਸੀਂ ਇਸ ਜਿਹੜਾ ਇਹ ਸਰਕਾਰ ਦਾ ਕੁਝ ਆ
ਜਿਹੜੀ ਸੋਚ ਹੈ ਕਿ ਕਿਸਾਨਾਂ ਨੂੰ ਤੇ ਆੜ੍ਹਤੀਆਂ ਨੂੰ ਅਲੱਗ ਅਲੱਗ ਕਰ ਦਿਓ ਨਾ ਕੋਈ ਅੱਜ ਤੱਕ ਪਿਛਲੇ 10 ਦਹਾਕਿਆਂ ਤੋਂ 100 ਸਾਲ ਤੋਂ ਇਹ ਸਿਸਟਮ ਹੈ ਸਾਡਾ ਆੜ੍ਹਤੀ ਤੇ ਕਿਸਾਨ ਦਾ 70 ਸਾਲ ਤੋਂ ਤਾਂ ਅਸੀਂ ਪੰਜਾਬ ਮੰਡੀ ਬੋਰਡ ਦਾ ਜਿਹੜਾ ਐਕਟ ਬਣਿਆ ਮੰਡੀਕਰਨ ਸਿਸਟਮ ਬਣਿਆ ਉਹ ਏਸ਼ੀਆ ਦਾ ਬਿਹਤਰੀਨ ਸਿਸਟਮ ਹੈ ਜਿਹਦੀ ਬਾਹਰਲੇ ਦੇਸ਼ਾਂ ਦੀ ਪ੍ਰਸ਼ੰਸਾ ਹੁੰਦੀ ਹੈ 130 ਲੱਖ ਮੀਟਰ ਟਨ ਕਣਕ 15 ਦਿਨ 'ਚ 13 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਵਿਕ ਜਾਂਦੀ ਹੈ ਇਸੇ ਤਰ੍ਹਾਂ ਝੋਨਾ 1-10 ਤੋਂ ਲੈ ਕੇ 30-11 ਤੱਕ ਇੱਕ ਐਤਕੀ 200 ਲੱਖ ਮੀਟਰ ਟਨ ਤੋਂ ਵੱਧ ਆਇਆ ਪਹਿਲਾਂ 170 ਲੱਖ ਮੀਟਰ ਟਨ ਆਉਂਦਾ ਰਿਹਾ ਇੱਕ ਵਾਰੀ ਇੱਕ ਪ੍ਰਧਾਨ ਜੀ ਕੋਈ ਇਨਕਮ ਹਾਂਜੀ 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 ਕੋਈ ਤੁਸੀਂ ਦੂਜਾ ਬੰਦ ਦੀ ਕਾਲ ਦੇ ਦਿੱਤੀ ਜੀ ਇਹਦੇ ਨਾਲ ਮੋਦੀ ਨੂੰ ਕਿੰਨਾ ਕੁ ਫਰਕ ਪਊਗਾ ਲੇਕਿਨ ਪਰ ਜਿਹੜੇ ਕਿਸਾਨ ਆ ਉਹ ਤਾਂ ਜ਼ਰੂਰ ਪਰੇਸ਼ਾਨ ਹੋਣਗੇ ਕਿਉਂਕਿ ਉਹਨਾਂ ਦਾ ਮਾਲ ਇਹਦਾ ਘਰੋਂ ਘਰੀ ਡੰਪ ਹੋ ਜਾਊਗਾ ਦੇਖੋ ਗੱਲ ਪਤਾ ਕੀ ਹੈ ਜੀ ਜੇ ਅਸੀਂ ਕਿਸਾਨਾਂ ਵਾਸਤੇ ਦੁਕਾਨਾਂ ਬੰਦ ਕਰਕੇ ਬਾਰਡਰ ਤੇ ਜਾ ਕੇ ਬਹਿ ਸਕਦੇ ਹਾਂ ਇੰਨੀ ਠੰਡ ਦੇ ਵਿੱਚ ਜਾਂ ਸਾਡੇ ਸਾਥੀ ਜਾਂਦੇ ਨੇ ਅਸੀਂ ਪਰਿਵਾਰਾਂ ਸਮੇਤ ਵੀ ਸਾਡੇ ਬਹੁਤ ਸਾਰੇ ਮੰਡੀਆਂ 'ਚ ਲੋਕ ਗਏ ਨੇ ਅਸੀਂ ਕਿਸਾਨਾਂ ਨੂੰ ਤਕਲੀਫ ਦੇਣਾ ਨਹੀਂ ਚਾਹੁੰਦੇ ਪਰ ਸਾਨੂੰ ਕਿਸਾਨਾਂ ਵੱਲੋਂ ਸੁਝਾਅ ਆਇਆ ਵੀ ਤੁਸੀਂ ਜੋ ਕਰੋਗੇ ਤੁਹਾਡੇ ਨਾਲ ਆ ਅਸੀਂ ਰੋਸ ਵਜੋਂ ਸਾਡੇ ਕੋਲ ਹੋਰ ਕੀ ਚਾਰਾ ਅਸੀਂ ਇਹਨਾਂ ਦੇ ਹੋਰ ਤੋਂ ਕੋਈ ਲੜਾਈ ਲੜ ਨਹੀਂ ਸਕਦੇ ਅਸੀਂ ਆਪਣਾ ਲੋਕਤੰਤਰ ਦੇ ਵਿੱਚ ਇਹ ਸਰਕਾਰ ਦੇ ਨਾਲ ਰੋਸ ਪ੍ਰਗਟ ਕਰਨ ਵਾਸਤੇ ਸਵਾਏ ਦੁਕਾਨਾਂ ਬੰਦ ਕਰ ਦਿਓ ਸਵਾਏ ਮੁਰਦਾਬਾਦ ਕਰ ਦਿਓ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੀ ਤਾਕਤ ਹੋਰ ਨਹੀਂ ਗਈ ਕੋਈ ਇਸ ਕਰਕੇ ਅਸੀਂ ਰੋਸ ਵਜੋਂ 4 ਦਿਨ ਮੰਡੀਆਂ ਬੰਦ ਰੱਖਾਂਗੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਸਾਡੇ ਸਿਰ ਤੇ ਬੈਠੀਆਂ ਮੋਢੇ ਨਾਲ ਮੋਢਾ ਲਾ ਕੇ ਬੈਠੀਆਂ ਇਹ ਕਿਸਾਨਾਂ ਤਕਲੀਫ ਦੇਣ ਵਾਲੀ ਗੱਲ ਨਹੀਂ ਫਸਲ ਅੱਜ ਨਾ ਵਿਕੀ 4 ਦਿਨ ਬਾਅਦ ਵਿਕ ਜੂਗੀ ਫਸਲ ਤਾਂ ਥੋੜ੍ਹੀ ਵੀ ਡੇਟ ਪਾਉਣੇ ਅੱਜ ਨਾ ਵਿਕੀ ਕੱਲ੍ਹ ਨੂੰ ਬੰਦ ਹੋ ਜੂਗੀ ਇਹ ਤਾਂ ਪ੍ਰਾਈਵੇਟ ਫਸਲ ਹੈ ਬਾਸਮਤੀ ਅਤੇ ਆਪਣਾ ਨਰਮਾ ਇਹ ਤਾਂ 4 ਦਿਨ ਬਾਅਦ ਵੀ ਬੀਜਿਆ ਜਾ ਸਕਦਾ ਦੇਖੋ ਜਦੋਂ ਆਪਾਂ ਕੋਈ ਵੀ ਕੰਮ ਲੜਾਈ ਲੜਾਂਗੇ ਉਹਦੇ ਨੁਕਸਾਨ ਤਾਂ ਨੇਚਰ ਅੱਜ ਕਿਸਾਨ ਜਥੇਬੰਦੀਆਂ 25 ਦਿਨ ਤੋਂ ਬੈਠੀਆਂ 2.5 ਮਹੀਨੇ ਪੰਜਾਬ 'ਚ ਬੈਠੀਆਂ ਰਹੀਆਂ ਉਹਨਾਂ ਦੇ ਪਾਣੀ ਦੇਣ ਵਾਲੇ ਵੀ ਕਈਆਂ ਦੇ ਰਹਿੰਦਾ ਕਈਆਂ ਦੇ ਖਾਦ ਪਾਉਣ ਵਾਲੀ ਰਹਿੰਦੀ ਆ ਕਈਆਂ ਦੇ ਵਿਚਾਰਿਆਂ ਦੇ ਘਰ ਖਾਦ ਦੇ ਲੈਣ ਜੋਗੇ ਪੈਸੇ ਨਹੀਂ ਪਰ ਸਾਰਾ ਪਰਿਵਾਰ ਉੱਥੇ ਬੈਠਾ ਦੇਖੋ ਲੜਾਈ ਲੜਨ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਪ੍ਰਧਾਨ ਜੀ ਅਖੀਰਲਾ ਕੁਐਸਚਨ ਤੁਹਾਡੇ ਤੋਂ ਜਿੱਦਾਂ ਇਸ ਆੜ੍ਹਤੀ ਜਦੋਂ ਤੱਕ ਮੀਟਿੰਗ ਨਹੀਂ ਹੁੰਦੀ ਕਿਸਾਨ ਜਥੇਬੰਦੀਆਂ ਤੱਕ ਤੁਹਾਡੀ ਜਾਂ ਉਸ ਤੋਂ ਇਨ ਬਿਟਵੀਨ ਕਦੇ ਰੇਡ ਪੈਂਦੀ ਇਨਕਮ ਟੈਕਸ ਦੀ ਕਿਸੇ ਵੀ ਆੜ੍ਹਤੀ ਤੇ ਤਾਂ ਕੋਈ ਘਰਾਓ ਵੀ ਕੀਤਾ ਜਾਊਗਾ ਉਸ ਦੇ ਜਿਸ ਵੀ ਆੜ੍ਹਤੀ ਦੇ ਇੱਕ ਜਥੇਬੰਦੀ ਨੇ ਫੈਸਲਾ ਕੀਤਾ ਜੇ ਕਿਸੇ ਦੇ ਰੇਟ ਹੁੰਦਾ ਕੱਲ੍ਹ ਕੋਈ ਗੱਲ ਨਹੀਂ ਟਾਈਮ ਨਾਲ ਸਵੇਰੇ ਆਉਣ ਜੋ ਚੀਜ਼ ਚਾਹੀਦੀ ਸਾਡੇ ਮੰਗਣ ਜੇ ਉਹਨਾਂ ਦੇ ਘਰਾਂ ਜਾਣ ਕੇ ਲੇਡੀਜ਼ ਨੂੰ ਬੱਚਿਆਂ ਨੂੰ ਪਰੇਸ਼ਾਨ ਕਰਦੇ ਆ ਰਾਤ ਨੂੰ 9 ਵਜੇ ਆਣ ਕੇ ਜਿਵੇਂ ਡਾਕੂ ਉਹਦੇ ਗੇੜਾ ਭਰ ਲੈਣਗੇ ਜਾਂ ਪਰੇਸ਼ਾਨ ਕਰਨਗੇ ਤਾਂ ਅਸੀਂ ਫੈਸਲਾ ਕੀਤਾ ਅਸੀਂ ਪੰਜਾਬ ਦੇ ਸਾਰੀ ਲੀਡਰਸ਼ਿਪ ਆਪਣੇ ਆਪਣੇ ਕਪੈਸਿਟੀ ਦੇ ਨਾਲ ਜਿੰਨੀ ਕੁ ਉਹਨਾਂ ਦੀ ਸ਼ਕਤੀ ਆ ਲੈ ਕੇ ਇੱਥੇ ਆਉਂਗੇ ਬਾਹਰ ਉੱਥੇ ਘਰਾਓ ਕਰਨਗੇ ਜਦ ਤੱਕ ਉਹ ਦੱਸਦੇ ਨਹੀਂ ਕਿ ਕਿਹਨਾਂ ਦੇ ਕਹਿਣ 'ਤੇ ਆਏ ਅਤੇ ਕਿਉਂ ਆਏ ਅਤੇ ਇਹਨਾਂ ਦਾ ਗ੍ਰਾਹਕ ਕੀ ਸੀ ਇਨਫੋਰਮੇਸ਼ਨ ਕੀ ਹੈ ਤੁਹਾਡੇ ਕੋਲ ਸਾਡੇ ਕੋਲ ਇਨਫੋਰਮੇਸ਼ਨ ਮੰਗਣ ਸਾਨੂੰ ਦੱਸਣ ਤੁਸੀਂ ਆਹ ਗਲਤ ਕੰਮ ਕੀਤਾ ਜੇ ਅਸੀਂ ਗਲਤ ਕੰਮ ਕੀਤਾ ਸਾਨੂੰ ਸਜ਼ਾ ਦੇਣ ਸਾਨੂੰ ਜੁਰਮਾਨਾ ਟੈਕਸੀ ਸਾਡੇ ਤੋਂ ਲੈ ਸਕਦੇ ਨਾ ਅਸੀਂ ਟੈਕਸ ਦੇਣ ਨੂੰ ਤਿਆਰ ਹਾਂ ਜੇ ਕੋਈ ਚੋਰੀ ਕੀਤੀ ਹੈ ਚੋਰੀ ਨਹੀਂ ਕੀਤੀ ਤੇ ਸਾਨੂੰ ਇਸ ਤਰ੍ਹਾਂ ਕ੍ਰਿਮੀਨਲ ਬੰਦਿਆਂ ਵਾਂਗੂ ਹਰਾਸਮੈਂਟ ਕਰਾਂਗੇ ਅਸੀਂ ਅਰਗਤ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਲੜਾਈ ਲੜਾਂਗੇ ਸਾਨੂੰ ਆਪਣੇ ਕਾਰੋਬਾਰ ਛੱਡਣੇ ਪੈਣ ਕੋਈ ਪਰਵਾਹ ਨਹੀਂ ਇਹ ਨਹੀਂ ਕਿ ਅਸੀਂ ਆੜਤਾ ਕਰਦੇ ਹਾਂ ਤਾਂ ਅਸੀਂ ਹੋਰ ਕੰਮ ਨਹੀਂ ਕਰ ਸਕਦੇ ਅਸੀਂ ਆਪਣੀ ਰੋਟੀ ਕਮਾਉਣੀ ਕੋਈ ਠੱਗੀਆਂ ਨਹੀਂ ਮਾਰਦੇ ਕਿਸੇ ਨੂੰ ਕੋਈ ਕੰਪਲੇਂਟ ਨਹੀਂ ਸਾਡੇ ਬਾਰੇ ਨਾ ਕਿਸਾਨਾਂ ਨੂੰ ਨਾ ਸਰਕਾਰ ਨੂੰ ਪੰਜਾਬ ਦੀ ਨੂੰ ਇਹ ਸਿਰਫ ਤੇ ਸਿਰਫ ਸਾਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਅਸੀਂ ਆਪਣੀ ਜ਼ਮੀਰ ਨਹੀਂ ਵਿੱਚ ਨਹੀਂ ਸਾਰਿਆਂ ਨੇ ਫੈਸਲਾ ਕੀਤਾ ਸਰ ਸਭ ਜੀ ਕੈਪਟਨ ਸਾਹਿਬ ਦਾ ਟਵੀਟ ਵੀ ਆਇਆ ਔਰ ਵੀਰਤਰ ਸਿੰਘਲਾ ਨੇ ਵੀ ਰਿਐਕਸ਼ਨ ਦਿੱਤਾ ਗਾ ਉਹਦੇ ਬਾਰੇ ਵੀ ਕਿਹਾ ਮੈਂ ਤੁਹਾਨੂੰ ਅੱਧੀ ਆ ਮਹਾਰਾਜ ਕੈਪਟਨ ਬਰਿੰਦਰ ਸਿੰਘ ਜੀ ਦਾ ਸਰਾਜ ਸੁਖਬੀਰ ਸਿੰਘ ਬਾਦਲ ਜੀ ਦਾ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਨੇ ਵੀ ਜਿਨ੍ਹਾਂ ਜਿਨ੍ਹਾਂ ਨੇ ਆੜ੍ਹਤੀਆਂ ਦੇ ਰੇਡ ਹੋਣ ਦੇ ਵਿੱਚ ਕੇਂਦਰ ਸਰਕਾਰ ਨੂੰ ਇਸ ਗੱਲ ਦੇ ਉੱਤੇ ਨਿਖੇਧੀ ਕੀਤੀ ਹੈ ਉਹਨਾਂ ਨੇ ਗਿਲਾ ਕੀਤਾ ਸਾਡੇ ਨਾਲ ਖੜਨ ਦਾ ਉਹਨਾਂ ਨੇ ਯਕੀਨ ਦਵਾਇਆ ਮੈਂ ਸਾਰੇ ਜਿੰਨੀਆਂ ਵੀ ਪਾਰਟੀਆਂ ਨੇ ਪੋਲੀਟੀਕਲ ਪੰਜਾਬ ਦੀ ਉਹਨਾਂ ਦਾ ਧਰਵਾਦੀ ਹਾਂ ਮਹਾਰਾਜਾ ਕੈਪਟਨ ਬਰਿੰਦਰ ਸਿੰਘ ਜੀ ਦਾ ਅਤੀ ਧਰਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੈਬਨਿਟ ਦੇ ਵਜ਼ੀਰ ਸ਼੍ਰੀ ਵਿਜੇਂਦਰ ਸਿੰਗਲਾ ਜੀ ਜਿਹੜੇ ਕਿ ਪਹਿਲਾਂ ਉਹਨਾਂ ਦੇ ਚਾਚਾ ਜੀ ਮਾਣਯੋਗ ਸਾਡੇ ਸ਼੍ਰੀ ਪਾਲਕੇ ਸਿੰਗਲਾ ਜੀ 18 ਸਾਲ ਪ੍ਰਧਾਨਗੀ ਕੀਤੀ ਹੈ ਉਹਨਾਂ ਦੇ ਪਿਤਾ ਜੀ ਵੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਰਹੇ ਆ ਸ਼੍ਰੀ ਸੰਤ ਰਾਮ ਸਿੰਗਲਾ ਜੀ ਸੁਰਗੀਆ ਉਹਨਾਂ ਨੇ ਸਾਡੇ ਦੁੱਖ ਵਿੱਚ ਹਮੇਸ਼ਾ ਖੜੇ ਰਹੇ ਆ ਜਦੋਂ ਵੀ ਕਿਤੇ ਆੜ੍ਹਤੀਆਂ ਤੇ ਆਂਚ ਆਈ ਹੈ ਸ਼੍ਰੀ ਵਿਜੇਂਦਰ ਸਿੰਗਲਾ ਜੀ ਸ਼੍ਰੀ ਪਾਲਕੇ ਸਿੰਗਲਾ ਜੀ ਪਰਿਵਾਰ ਨੇ ਹਮੇਸ਼ਾ ਸਾਡੇ ਆਸ਼ੀਰਵਾਦ ਰੱਖਿਆ
ਜਦੋਂ ਉਹਨਾਂ ਨੂੰ ਪੰਜਾਬ 'ਚ ਕਿਤੇ ਪਤਾ ਲੱਗਾ, ਕਿਉਂਕਿ ਸਾਡੇ ਸਾਰੇ ਪਰਿਵਾਰ ਦੇ ਫੋਨ ਉਹਨੇ ਆਪਣੇ ਕਬਜ਼ੇ 'ਚ ਲੈ ਲਏ ਸੀ, ਲੇਕਿਨ ਜਦੋਂ ਪਤਾ ਲੱਗਿਆ ਉਹ ਆਪਣੇ ਸੰਗਰੂਰ, ਬਰਨਾਲਾ, ਹੋਰਨਾਂ ਮੰਡੀਆਂ ਦੇ ਆੜ੍ਹਤੀ ਸਾਹਿਬਾਨ ਨੂੰ ਲੈ ਕੇ ਮੇਰੇ ਕੋਲ ਆਏ ਨੇ, ਦੁੱਖ ਵੰਡਾਉਣ ਵਾਸਤੇ ਆਏ ਨੇ, ਮੈਨੂੰ ਹੌਸਲਾ ਦੇਣ ਵਾਸਤੇ ਆਏ ਆ। ਕੱਲ੍ਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਵੀ ਮੇਰੇ ਫੋਨ 'ਤੇ ਫੋਨ ਆਇਆ, ਉਹਨਾਂ ਨੇ ਕਿਹਾ ਬੇਟਾ ਕਿਸੇ ਗੱਲ ਦੀ ਪਰਵਾਹ ਨਾ ਕਰੋ, ਇਹ ਸਰਕਾਰ ਦਾ ਜਿਹੜਾ ਬੁਖਲਾੜ ਦੇ ਵਿੱਚ ਆ ਕੇ ਕੀਤਾ ਗਿਆ ਕੰਮ ਹੈ, ਅਸੀਂ ਤੁਹਾਡੇ ਨਾਲ ਹੈ। ਆੜ੍ਹਤੀ ਅਤੇ ਕਿਸਾਨ ਦੇ ਰਿਸ਼ਤੇ ਨੂੰ ਨਾ ਕੋਈ ਸਟੇਟ ਸਰਕਾਰ ਤੋੜ ਸਕਦੀ ਹੈ, ਨਾ ਸੈਂਟਰ ਸਰਕਾਰ ਤੋੜ ਸਕਦੀ ਹੈ, ਇਸ ਕਰਕੇ ਅਸੀਂ ਤੁਹਾਡੇ ਨਾਲ ਖੜੇ ਹਾਂ। ਇਹੋ ਜਿਹੀਆਂ ਵਿਉਧੀਆਂ ਹਰਕਤਾਂ ਤੋਂ ਡਰਨ ਦੀ ਲੋੜ ਨਹੀਂ। ਥੈਂਕ ਯੂ।